ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ। ਪਰਮਾਤਮਾ ਕਰੇ ਸਾਰੇ ਦੋਸਤਾਂ ਮਿੱਤਰਾਂ ਦੇ ਹਾਲ ਚਾਲ ਵਧੀਆ ਹੋਣਗੇ ਤੇ ਆਪਣੀ ਜਗ੍ਹਾ ਤੇ ਤੁਸੀਂ ਖੁਸ਼ੀਆਂ ਮਾਣਦੇ ਹੋਵੋਗੇ। ਲੈ ਕੇ ਹਾਜ਼ਰ ਹਾਂ ਦੋਸਤੋ ਅੱਜ ਇੱਕ ਨਵੀਂ ਸਟੋਰੀ ਤੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਹੈਲੋ ਪੰਜਾਬੀ ਟੀਵੀ ਤੇ ਗੱਲ ਕਰਾਂਗੇ ਦੋਸਤੋ ਅੱਜ ਇੱਕ ਸਾਰੇ ਪਾਸਿਓਂ ਤੋਂ ਹਟ ਕੇ ਆ। ਜਿੱਦਾਂ ਕਿਸੇ ਦੇ ਉੱਤੇ ਕਹਿ ਦਈਏ ਜ਼ੁਲਮ ਹੁੰਦਾ ਤੇ ਉਹ ਜ਼ੁਲਮ ਨੂੰ ਸਹਾਰਦਾ, ਫਿਰ ਜੇ ਜ਼ੁਲਮ ਦਾ ਰਿਜ਼ਲਟ ਇੱਦਾਂ ਦਾ ਨਿਕਲਦਾ ਕਿ ਉਹ ਅੱਜ ਤੱਕ ਪਤਾ ਨਹੀਂ ਲੱਗਦਾ ਕਿਸ ਨੇ ਉਹਦੇ ਨਾਲ ਕੀ ਕੀਤਾ, ਕਿਵੇਂ ਕੀਤਾ ਅਤੇ ਕਿਉਂ ਕੀਤਾ। ਦੋਸਤੋ ਇੱਦਾਂ ਦੀ ਕਹਾਣੀ ਇੱਕ ਘਟਦੀ ਆ ਬੰਬੇ ਦੇ ਵਿੱਚ। ਮੁੰਬਈ ਦੇ ਇੱਕ ਚੰਗੇ ਪੋਰਸ਼ ਏਰੀਏ ਦੇ ਵਿੱਚ ਇੱਕ ਜੋੜਾ ਰਹਿੰਦਾ ਜਿਨ੍ਹਾਂ ਦੇ ਇੱਕ ਬੇਟੀ ਹੈ ਅਤੇ ਦੋਸਤੋ ਉਹ ਬੇਟੀ ਨੂੰ ਬੜੇ ਰੀਝਾਂ ਨਾਲ ਪਾਲਦੇ ਨੇ। ਇਕੱਲੀ ਇਕੱਲੀ ਬੇਟੀ ਸੀਗੀ, ਉਹਨੂੰ ਬੜੀਆਂ ਰੀਝਾਂ ਨਾਲ ਪਾਲਦੇ ਨੇ ਅਤੇ ਬਹੁਤ ਹੀ ਚੰਗੀ ਸਿੱਖਿਆ ਦਿੰਦੇ ਨੇ। ਕੁੜੀ ਵੀ ਪੜ੍ਹਨ ਦੇ ਵਿੱਚ ਹੁਸ਼ਿਆਰ ਹੁੰਦੀ ਹੈ ਅਤੇ ਪੂਰਾ ਪ੍ਰੋਪਰ ਸਾਰਾ ਕੁਛ ਪੜ੍ਹਦੀ ਹੈ, ਚੰਗਾ ਕਰਦੀ ਹੈ ਅਤੇ 10th ਦੀ ਜਿਹੜੀ ਮੈਟ੍ਰਿਕ ਦਾ ਇਗਜ਼ਾਮ ਹੈ ਉਹ ਕਲੀਅਰ ਕਰਕੇ ਉਹਨੂੰ ਪੂਨੇ ਚਲੀ ਜਾਂਦੀ ਹੈ ਪਲੱਸ ਵਨ ਦੇ ਵਿੱਚ ਸਟਾਰਟ ਕਰਕੇ ਕਿ ਮੈਂ ਪਲੱਸ ਵਨ ਤੋਂ ਲੈ ਕੇ ਅੱਗੇ ਤੱਕ ਪੂਨੇ ਪੜ੍ਹੂੰਗੀ। ਅਤੇ ਦੋਸਤੋ ਉਮਰ ਦੇ ਹਿਸਾਬ ਨਾਲ ਬੱਚੀਆਂ ਕੁੜੀਆਂ ਨੇ ਕਿਹਾ ਜਾਂਦਾ ਕਿ ਕੁੜੀ ਜਲਦੀ ਜਵਾਨ ਹੋ ਜਾਂਦੀ ਹੈ। ਇਸੇ ਤਰ੍ਹਾਂ ਵੱਡੀ ਹੋ ਗਈ, ਆਪਣਾ ਅਲੱਗ ਤੋਂ ਰੂਮ ਲੈ ਕੇ ਪੂਨੇ ਦੇ ਵਿੱਚ ਰਹਿਣਾ ਸ਼ੁਰੂ ਕਰਤਾ ਅਤੇ ਨਾਲ ਉੱਥੇ ਫਰੈਂਡ ਸਰਕਲ ਬਣ ਗਿਆ। ਕੁਛ ਕੁੜੀਆਂ ਹੋ ਗਈਆਂ ਨਾਲ ਜਿਹੜੀਆਂ ਪੜ੍ਹਦੀਆਂ ਸੀਗੀਆਂ ਔਰ ਉਸ ਕੁੜੀ ਨੇ ਆਪਣੇ ਦਮ ਦੇ ਉੱਤੇ ਪੇਪਰ ਕਲੀਅਰ ਕਰਕੇ ਦੋਸਤੋ ਪੂਨੇ ਦੇ ਇੱਕ ਬਹੁਤ ਵੱਡੇ ਕਾਲਜ ਦੇ ਵਿੱਚ ਐਡਮਿਸ਼ਨ ਲਿੱਤੀ। ਨਾ ਕੋਈ ਡੋਨੇਸ਼ਨ ਦੇਣੀ ਪਈ, ਨਾ ਕਿਸੇ ਤੋਂ ਫਰਮਾਇਸ਼ ਕਰਾਉਣੀ ਪਈ ਅਤੇ ਆਪਣੇ ਬਲਬੂਤੇ ਦੇ ਉੱਤੇ ਉਸ ਕੁੜੀ ਨੇ ਉਸ ਕਾਲਜ ਦੇ ਵਿੱਚ ਐਡਮਿਸ਼ਨ ਲਿੱਤੀ। ਨਾਮ ਸੀਗਾ ਸਬਨਮ। ਦੋਸਤੋ ਸਬਨਮ ਕੋਈ 16-17 ਸਾਲ ਦੀ ਮੰਨ ਕੇ ਚਲੋ ਵੀ ਕੁੜੀ ਹੈ, ਥੋੜ੍ਹੀ ਜਿਹੀ ਹੋਰ ਵੱਡੀ ਹੁੰਦੀ ਹੈ, ਪੂਨੇ ਆ ਜਾਂਦੀ ਹੈ। ਪੂਨੇ ਆ ਕੇ ਆਪਣਾ ਇਕੱਲਾ ਫਲੈਟ ਲੈ ਕੇ ਰਹਿਣ ਲੱਗ ਜਾਂਦੀ ਹੈ ਅਤੇ ਨਾਲ ਸਟੱਡੀ ਸ਼ੁਰੂ ਕਰ ਦਿੰਦੀ ਹੈ ਅਤੇ ਇੱਕ ਜਗ੍ਹਾ ਜੋਬ ਵੀ ਕਰਦੀ ਹੈ ਉਹਦੇ ਨਾਲ ਹੀ। ਦੋਸਤੋ ਇਹ ਨਹੀਂ ਹੈਗਾ ਕਿ ਜੋਬ ਕੋਈ ਮਾੜੀ ਮੋਟੀ ਕਰਦੀ ਸੀ, ਇੱਕ ਵਰਲਡ ਦਾ ਇੰਟਰਨੈਸ਼ਨਲ ਬ੍ਰਾਂਡ ਕੱਪੜੇ ਦਾ ਉਹਦੇ ਵਿੱਚ ਉਹ ਜੋਬ ਕਰਦੀ ਆ ਪਾਰਟ ਟਾਈਮ। ਪਹਿਲਾਂ ਕਾਲਜ ਲਾ ਕੇ ਆਉਂਦੀ ਆ, ਕਾਲਜ ਤੋਂ ਬਾਅਦ ਆ ਕੇ ਉੱਥੇ ਉਹ ਜੋਬ ਕਰਦੀ ਆ। ਜਦੋਂ ਕਿ ਘਰੋਂ ਉਹਨੂੰ ਹਰ ਚੀਜ਼ ਦਾ ਸੁੱਖ ਮਿਲਿਆ ਜਿਹੜਾ ਕਿ ਉਹਨੂੰ ਚਾਹੀਦਾ ਸੀਗਾ। ਮਾਂ ਬਾਪ ਨੇ ਉਹਦੇ ਤੋਂ ਕੋਈ ਘਾਟ ਨਹੀਂ ਰੱਖੀ ਸੀਗੀ, ਉਹ ਹਰ ਚੀਜ਼ ਦਿੰਦੇ ਤੇ। ਲੇਕਿਨ ਕੁੜੀ ਦੀ ਇੱਕ ਸੋਚ ਸੀਗੀ ਕਿ ਜੇ ਦਿਮਾਗ ਜਿਹੜਾ ਸਾਡਾ ਅਸੀਂ ਵਿਹਲੇ ਰਹਾਂਗੇ ਤਾਂ ਉਹ ਗਲਤ ਗੱਲਾਂ ਸੋਚਣ ਲੱਗ ਜਾਂਦਾ ਅਤੇ ਫਿਰ ਮੈਂ ਨੈਗੇਟਿਵ ਪਾਸੇ ਨੂੰ ਜਾਊਂਗੀ ਜਿਹੜਾ ਕਿ ਮੈਂ ਨੈਗੇਟਿਵ ਪਾਸੇ ਨੂੰ ਜਾਣਾ ਨਹੀਂ ਚਾਹੁੰਦੀ। ਅਤੇ ਦੋਸਤੋ ਇਸੇ ਤਰ੍ਹਾਂ ਵਧੀਆ ਚੰਗੇ ਦਿਨ ਲੰਘ ਰਹੇ ਨੇ, ਚੰਗੇ ਗੁਜ਼ਾਰੇ ਹੋ ਰਹੇ ਨੇ, ਮਾਂ ਬਾਪ ਵੀ ਖੁਸ਼ ਨੇ ਅਤੇ ਸਾਡੀ ਧੀ ਵਧੀਆ ਪੜ੍ਹ ਰਹੀ ਹੈ ਅਤੇ ਬੱਚੀ ਵੀ ਖੁਸ਼ ਹੈ ਕਿ ਮੈਨੂੰ ਮਾਂ ਬਾਪ ਪੂਰੀ ਸਪੋਰਟ ਕਰ ਰਹੇ ਨੇ। ਅਤੇ ਦੋਸਤੋ ਇੰਨੇ ਨੂੰ ਥੋੜ੍ਹਾ ਜਿਹਾ ਟਾਈਮ ਗੁਜ਼ਰਦਾ, ਜਦ ਉੱਥੇ ਨੂੰ 2-2.5 ਸਾਲ ਹੋ ਗਏ ਹੁੰਦੇ ਨੇ ਗਈ ਨੂੰ ਅਤੇ ਉਹਦਾ ਬਰਥਡੇ ਆ ਜਾਂਦਾ। ਪਹਿਲਾਂ ਤਾਂ ਬਰਥਡੇ ਕਿਸੇ ਨਾਲ ਮਨਾਇਆ ਨਹੀਂ ਸੀਗਾ, ਪਹਿਲਾਂ ਘਰ ਹੀ ਮਨਾਉਂਦੀ ਸੀ ਮਾਂ ਬਾਪ ਨਾਲ ਅਤੇ ਉਹਦਾ ਬਰਥਡੇ ਆ ਜਾਂਦਾ। ਆਪਣੇ ਮਾਂ ਬਾਪ ਨਾਲ ਗੱਲ ਕਰਦੀ ਆ, ਉਹਨਾਂ ਤੋਂ ਪਰਮਿਸ਼ਨ ਲੈਂਦੀ ਆ ਕਿ ਮੇਰੇ ਕੁਛ ਦੋਸਤ ਨੇ ਜਿਹੜੇ ਮੇਰਾ ਬਰਥਡੇ ਆ ਉਹਨੂੰ ਸੈਲੀਬ੍ਰੇਟ ਕਰਨਾ ਚਾਹੁੰਦੇ ਨੇ, ਜੇ ਤੁਸੀਂ ਇਜਾਜ਼ਤ ਦਵੋ ਤਾਂ ਮੈਂ ਮਤਲਬ ਕਿ ਉਹਨਾਂ ਨੂੰ ਪਾਰਟੀ ਦੇ ਦੇਵਾਂ। ਦੋਸਤੋ ਮਾਂ ਬਾਪ ਨੂੰ ਭਰੋਸਾ ਹੁੰਦਾ ਕਿ ਸਾਡੀ ਬੱਚੀ ਕੋਈ ਗਲਤ ਕਦਮ ਨਹੀਂ ਚੱਕੂਗੀ ਤਾਂ ਉਹ ਉਹਨੂੰ ਪਰਮਿਸ਼ਨ ਦੇ ਦਿੰਦੇ ਨੇ ਕਿ ਆਪਣੇ ਫਲੈਟ ਦੇ ਵਿੱਚ ਤੁਸੀਂ ਜੋ ਮਰਜ਼ੀ ਕਰੋ, ਲੇਕਿਨ ਸ਼ੋਰ ਸ਼ੱਪਾ ਨਹੀਂ ਕਰਨਾ, ਕਿਸੇ ਨੂੰ ਤੰਗ ਨਹੀਂ ਕਰਨਾ ਹੈਗਾ, ਆਪਣਾ ਆਰਾਮ ਨਾਲ ਜੋ ਵੀ ਤੁਸੀਂ ਨੇ ਪੀਜ਼ਾ ਵਗੈਰਾ ਮੰਗਾਉਣੇ ਨੇ ਖਾ ਕੇ ਖਤਮ ਕਰੋ ਅਤੇ ਆਪਣਾ ਕੇਕ ਕੱਟ ਲਿਓ। ਦੋਸਤੋ ਮਾਂ ਬਾਪ ਦੇ ਨਾਲ ਗੱਲ ਕਰਨ ਤੋਂ ਬਾਅਦ ਚਲੀ ਜਾਂਦੀ ਆ ਉਹ ਆਪਣੇ ਬਰਥਡੇ ਦੀ ਤਿਆਰੀ ਕਰਨ। 2 ਅਕਤੂਬਰ 2012 ਦੀ ਗੱਲ ਹੈ। 2 ਅਕਤੂਬਰ 2012 ਨੂੰ ਉਹਦੀ ਮਤਲਬ ਕਿ ਜਿਹੜੀ ਆ ਉਹਦਾ ਬਰਥਡੇ ਹੈ, ਉਹਦੇ ਨਾਲ ਜਿਹੜੇ ਜੋਬ ਕਰਦੇ ਨੇ ਉਹਦੇ ਜੋਬਮੇਟ ਉਹਦੇ ਕਲੀਗ ਨੇ ਉਹਨਾਂ ਨੇ ਰਲ ਕੇ ਅਤੇ ਉਹਦੇ ਜਿਹੜੀਆਂ ਕਾਲਜ ਦੇ ਵਿੱਚ ਫਰੈਂਡਸ ਨੇ ਉਹਨਾਂ ਨੇ ਅਤੇ 1-2 ਦੇ ਨਾਲ ਪੜੋਸੀ ਨਾਲ ਰਹਿੰਦੇ ਜਿਹੜੇ ਮੁੰਡੇ ਕੁੜੀਆਂ ਨੇ ਉਹਨਾਂ ਨਾਲ ਜਿਹਨਾਂ ਨਾਲ ਉਹਦੀ ਦੋਸਤੀ ਵਧੀਆ ਸੀਗੀ ਉਹਨਾਂ ਨਾਲ ਇਕੱਠੇ ਹੋ ਕੇ ਮਤਲਬ ਕਿ ਉਹ ਸਾਰੇ ਉਹਦਾ ਬਰਥਡੇ ਸੈਲੀਬ੍ਰੇਟ ਕਰਨ ਉਹਦੇ ਫਲੈਟ ਦੇ ਵਿੱਚ ਆ ਜਾਂਦੇ ਨੇ। ਦੋਸਤੋ ਕੋਈ 15-16 ਜਾਣੇ ਹੁੰਦੇ ਨੇ ਬਰਥਡੇ ਦੇ ਵਿੱਚ, ਵਧੀਆ ਆਪਾਂ ਕੇਕ ਕੱਟਦੇ ਨੇ, ਸਭ ਕੁਛ ਹੁੰਦਾ। ਲੇਕਿਨ ਦੂਜੇ ਦਿਨ 3 ਤਰੀਕ ਨੂੰ ਦੋਸਤੋ ਸਵੇਰੇ 6:30 ਸਬਨਮ ਦੇ ਬਾਪ ਕੋਲ ਫੋਨ ਜਾਂਦਾ ਕਿ ਜਿਹੜੀ ਤੇਰੀ ਆਪਣੀ ਸਬਨਮ ਹੈ ਉਹਦੀ ਹਾਲਤ ਖਰਾਬ ਹੈ, ਤੁਸੀਂ ਫਟਾਫਟ ਕਰੋ ਬੰਬੇ ਤੋਂ ਪੂਨੇ ਆ ਜਾਓ। ਦੋਸਤੋ ਲੰਬਾ ਸਫ਼ਰ ਸੀ, ਕੱਢ ਕੇ ਫਟਾਫਟ
पुणे पहुंचते हैं तो उन्होंने कहा जाता कि तुम फलाना होस्पिटल है उत्थे आ जाओ। उस होस्पिटल के जब जाके खड़ते हैं तो वो बाप के एक पहाड़ होर टुटदा वो बाप को डॉक्टर कह देंगे ने कि तुहाडी जिहड़ी बेटी है वह डैड हो चुकी है, डैड डिकलेयर कर देंगे। दोस्तों माँ बाप का पैरों थलो जमीन निकल जाती है, डिग पेंदे ने, पर कर भी की सकते सीगे। दोस्तों डेड बॉडी वह लेके जा लगते ने, पर जिहड़ा सबनम का बाप हुंदा वह कहिंदा कि मेरी बेटी नू की प्रॉब्लम हुई है। तो दोस्तों उन्होंने नाल दे दसण वाले लोग जिहड़े नाल मुंडे कुड़ियां सी वह दस रहे सी कि मतलब कि इहदी इक्को लखत तबीयत खराब हुई है, तो उस तों बाद सानू समझ नहीं आया। तो दोस्तों डॉक्टर को ले जाया जाता सरकारी होस्पिटल दे विच, उत्थे उहदा जिहड़ा कहीए पोस्टमार्टम करवाया जाता है। दोस्तों पोस्टमार्टम दे विच एक चीज़ तो आ जाती है कि जिहड़ी ये कुड़ी है इहदा जिहड़ा हार्ट है वह 70% ब्लॉक सीगा, तो यह 30% इहदा काम कर रहा सी, जिस ते ने ड्रिंक कर ली उस बाद उस कारण इहदी मौत हो गई। पर दोस्तों इत्थे आके सब तो वध 705 पै गया, उहदे बाप नूं यकीन नहीं होया क्योंकि जिहड़ी उहदी कुड़ी सी उहदी 19 साल दी एज सीगी, ते उह फुटबाल दी टॉप दी प्लेयर सीगी और हर डेली उहने वर्स जिहड़ा कही आपदा प्रैक्टिस करदी सी और अपनी मेहनत करदी सीगी, मैडिकल प्रोपर तरीके नाल उहदा सारा हुंदा सीगा, जिहदे विच अज तक कदे वी इह प्रॉब्लम नहीं आई सीगी। दोस्तों हुण इह सारा कुछ करन लगे ते चलो उस तों बाद बाप नूं लाश सौंप दित्ती गई, बाप ने रिपोर्ट लेती नाल ते जिहड़ी बेटी है उहनूं नाल लगदे अपने बॉम्बे दे घर तों कुछ दूर एक कब्रस्तान दे विच दफनाया जांदा है। दोस्तों दफनाउण तों बाद जिहड़ा उहदा बाप आ ते उहदी मां है, क्योंकि उहनां तों तां दुनिया खत्म हो चुकी है, वह लड़ना चाहते हैं कि आप अगे लड़िए, केस लड़ांगे या कुछ भी करिए लेकिन कातल नूं फड़ांगे। दोस्तों ये सारा कुछ करते कराते पता लगता है कि उहदा एक नाल कलीग सीगा उहदे काम करदा मुंडा राकेश, जिन्हें कि उहदे डैडी नूं इन्ना कु फोन करता है कि तुसीं पुलिस कार्रवाई की है कि नहीं करनी, की लोड़ है करन दी, पुलिस कार्रवाई नाल साडी बदनामी हो जूगी, अपनी तुहाडी आए हो जू, उहनां नूं डराउण दा ही कोशिश करदा। तां जिहड़ा सबनम दा बाप हुंदा, सबनम दा डैडी है, उहनूं ये महसूस होंदा कि ये इंसान मैनू पागल बना रहा है, हो सकता भी इन्हें मर्डर किया हो, क्योंकि दोस्तों माँ बाप को कदे यकीन ही नहीं आता कि जिहड़ी कुड़ी मैडिकल दे विच दो दिन पहला मैडिकल होया हो फिट हो टॉप की प्लेयर हो फुटबाल की और उस कुड़ी को मतलब कि कह देना 70% का जिहड़ा तेरा हार्ट आ डैमेज हो चुका है 30% काम करता है। तो दोस्तों उत्थे उन्होंने लगन लग जाता कि मेरी धी का मर्डर होया, राकेश के उत्ते FIR एक करवाउंदे ने जिहदे च राकेश का जिक्र करते हैं, पुलिस राकेश नूं चक लैंदी है, ये सारा समा चलता रहिंदा है। उस तों बाद पुलिस के हथ खड़े हो जाते हैं, जो उस तों जब पुलिस के हथ खड़े हो जाते हैं तो 2014 तक हो जाता, 2 साल लंघ जाते हैं, तो पुलिस आ जिहड़ी वह जिहड़ा केस है वह CID नूं सौंपिया जाता कि CID वाले इहदी खोज भाल आ जिहड़ी कर लैणगे। लेकिन दोस्तों 2 साल मेहनत करने तो बाद CID वाले भी अपने हाथ खड़े कर देंगे ने, तो वह जिहड़ा राकेश है वह जमानत करा के बाहर आ जाता, उसे सारी सेफ्टी मिल जाती है। तो दोस्तों ये सारा कुछ हो ही रहा होंदा, बार बार अपील लाने के कारण जज जिहड़ा होंदा कोर्ट के विच सबनम ने माँ बाप को कह देंदा कि तुहाडे केस की जिहड़ी इनक्वायरी आ CBI करो। दोस्तों इनवैसटीगेशन वास्ते CBI कोल केस जाता है, उहदे बाप नूं यकीन हो जाता कि हुण मेरी बेटी का कातल फड़िया जाऊगा, हुण सानू पता लग जूगा कि की चक्कर है। तो उस तो पोस्टमार्टम की रिपोर्ट पढ़ी जाती है, पोस्टमार्टम की रिपोर्ट के दसया जाता कि अलकोहल की ओवरडोज कारण इहदा हार्ट फेल होया। लेकिन दोस्तों सारी गल सुन के सारे मैडिकल सर्टिफिकेट देख के CBI वालों नूं इह यकीन नहीं आता कि कुड़ी का हार्ट फेल होया हो। तो दोस्तों 6 महीने के करीब पहला बिच दी इंटरफेयर करती है, तो उस तो बाद जब CBI वाले आते हैं वो आके कहते हैं कि सानू कुड़ी दी असीं लाश दोबारा कढ़नी है। लेकिन दोस्तों एक सरिया एक कह दिए कौम है मुसलमान दे विचो, सारे सरिया कह दिए मुसलमान सी, तो वह कोर्ट की परमिशन भी नहीं मानते, तो वह कहते हैं कि नहीं असीं कब्रिस्तान दे विचों कबर नहीं दोबारे कढ़न देवांगे। लेकिन जब उन्होंने दसया जाता है समझाया जाता है कि किसी की धी है जी मर्डर होया
ਉਹਨੂੰ ਇਨਸਾਫ਼ ਦੇਣ ਵਾਸਤੇ ਆਪਾਂ ਇਹ ਕਰ ਰਹੇ ਹਾਂ, ਕੋਈ ਸ਼ੌਂਕ ਨੂੰ ਕੋਈ ਚੀਜ਼ ਵਾਸਤੇ ਨਹੀਂ ਕੱਢ ਰਹੇ। ਤੇ ਉਸ ਤੋਂ ਮੰਨ ਜਾਂਦੇ ਨੇ ਲਾਸ਼ ਬਾਹਰ ਕਢਾਈ ਜਾਂਦੀ ਹੈ, ਦੁਬਾਰਾ ਉਹਦਾ ਮੈਡੀਕਲ ਹੈ ਜਿਹੜਾ ਕਰਵਾਇਆ ਜਾਂਦਾ, ਜਿਹਦੇ ਵਿੱਚ ਡਾਕਟਰ ਬਹੁਤ ਹੀ ਗੱਲਾਂ ਸੋਚ ਕੇ ਲੱਭ ਕੇ ਦੱਸਦਾ, ਜਿਹਦੇ ਨਾਲ ਹੋਰ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ। ਦੋਸਤੋ ਇੱਥੇ ਡਾਕਟਰ ਦੱਸਦਾ ਕਿ ਅਲਕੋਹਲ ਦੀ ਓਵਰਡੋਜ਼ ਸੀ, ਰਿਲੇਸ਼ਨ ਕਿਸੇ ਨਾਲ ਬਣਿਆ ਸੀਗਾ, ਚਾਹੇ ਰੇਪ ਹੋਇਆ ਲਾ ਲਓ, ਚਾਹੇ ਤੁਸੀਂ ਉਹਦੀ ਮਰਜ਼ੀ ਨਾਲ ਲਾ ਲਓ, ਇਹ ਰਿਲੇਸ਼ਨ ਬਣਿਆ ਹੋਇਆ ਸੀ, ਡਰਿੰਕ ਦੀ ਓਵਰਡੋਜ਼ ਸੀ, ਔਰ ਜਿਹੜਾ ਦਿਲ ਹੈ ਇਹਦੇ ਵਿੱਚ, ਬਾਕੀ ਸਾਰਾ ਕੁਛ ਇਹਦੇ ਮਾਂ ਬਾਪ ਨਾਲ DNA 'ਚ ਮਿਲਦਾ, ਲੇਕਿਨ ਇੱਕ ਹਾਰਟ ਜਿਹੜਾ ਉਹ ਨਹੀਂ ਮਿਲ ਰਿਹਾ ਹੈਗਾ। ਹੁਣ ਮਾਂ ਬਾਪ ਨੂੰ ਵੀ ਥੋੜ੍ਹਾ ਜਿਹਾ ਯਕੀਨ ਹੋਣ ਲੱਗਦਾ ਕਿ ਡਾਕਟਰ ਸਹੀ ਆ ਜਿਹੜੀ ਗੱਲ ਕਹਿ ਰਿਹਾ, ਲੇਕਿਨ ਡਾਕਟਰ ਉਸ ਤੋਂ ਬਾਅਦ ਉਹਨਾਂ ਦੇ ਕਿਹੋ ਜਿਹੇ ਪਹਾੜ ਵਾਲੀ ਗੱਲ ਸੁੱਟ ਦਿੰਦਾ ਕਿ ਸਾਰੇ ਹੀ ਡਿੱਗ ਪੈਂਦੇ ਨੇ। ਦੋਸਤੋ ਉਹ ਉਹਨਾਂ ਨੂੰ ਸਾਫ਼ ਸਾਫ਼ ਕਹਿੰਦਾ ਕਿ ਜਿਹੜਾ ਇਹ ਹਾਰਟ ਹੈ ਇਹ ਕੋਈ ਕਰੀਬ ਕਰੀਬ 50-60 ਸਾਲ ਦੀ ਏਜ ਦੀ ਲੇਡੀਜ਼ ਦਾ, ਇਹ 19 ਸਾਲ ਦੀ ਕੁੜੀ ਦਾ ਜਿਹੜਾ ਹਾਰਟ ਹੈ ਨਹੀਂ ਹੈਗਾ। ਦੋਸਤੋ ਹੁਣ ਇੱਥੇ ਸ਼ਬਨਮ ਦੇ ਡੈਡੀ ਨੂੰ ਲੱਗਦਾ ਹੈ ਕਿ ਇਹ ਜਿਹੜੀ ਕੋਈ ਮਤਲਬ ਕਿ ਲਾ ਲਓ ਗੈਂਗ ਆ ਜਾਂ ਗਰੁੱਪ ਹੈ ਜਿਹੜਾ ਕਿ ਇੱਦਾਂ ਸਾਡੇ ਅੰਦਰੂਨੀ ਔਰਗਨ ਨੇ ਜਿਹੜੇ ਉਹਨਾਂ ਨੂੰ ਵੇਚ ਰਿਹਾ, ਇਸਦੇ ਨੂੰ ਹਾਰਟ ਦੀ ਜ਼ਰੂਰਤ ਹੋਊਗੀ, ਤਾਂ ਕਰਕੇ ਮੇਰੀ ਕੁੜੀ ਨੂੰ ਮਾਰ ਕੇ ਉਹਦਾ ਹਾਰਟ ਚੋਰੀ ਕਰ ਲਿਆ। ਦੋਸਤੋ ਪੋਸਟਮਾਰਟਮ ਦੇ ਵਿੱਚ ਇਹ ਨੋਰਮਲੀ ਚੀਜ਼ ਹੁੰਦੀ ਹੈ ਕਿ ਜਿਹੜੀ ਮਰਨ ਵਾਲੇ ਦੀ ਜਿਹੜੀ ਚੀਜ਼ ਸਹੀ ਹੈ ਉਹ ਕੱਢ ਲਈ ਜਾਂਦੀ ਹੈ, ਉਹ ਕਿਸੇ ਨੂੰ ਹੋਰ ਪਾਈ ਜਾਂਦੀ ਹੈ। ਲੇਕਿਨ ਦੋਸਤੋ ਉਹਦੀ ਜਗ੍ਹਾ ਤੇ ਕਿਸੇ ਬੁੜੀ ਦਾ ਜਾਂ ਕਿਸੇ 50-60 ਸਾਲ ਦੀ ਏਜ ਦੀ ਔਰਤ ਦਾ ਹਾਰਟ ਪਾਉਣ ਦਾ ਕੀ ਮਤਲਬ ਸੀਗਾ। ਦੋਸਤੋ ਜਿਹੜਾ ਕਹੀਏ ਸ਼ਬਨਮ ਦਾ ਡੈਡੀ ਹੈ ਉਹ ਇਹਦੇ ਬਾਰੇ ਫਿਰ ਦੁਬਾਰਾ ਕੋਰਟ ਦੇ ਵਿੱਚ ਜਾਂਦਾ, ਖੜਕਾਉਂਦਾ ਕੁੰਡਾ, ਤੇ CBI ਨੂੰ ਵੀ ਕਹਿੰਦਾ, ਤਾਂ CBI ਕਹਿੰਦੀ ਹੈ ਕਿ ਅਸੀਂ ਪਤਾ ਲਾ ਰਹੇ ਹਾਂ, ਸਾਰਾ ਕੁਛ ਪਤਾ ਲੱਗ ਜੂ। ਡਾਕਟਰ ਦੀ ਇਨਕੁਆਇਰੀ ਕੀਤੀ ਜਾਂਦੀ ਹੈ ਜਿੱਥੇ ਸਭ ਤੋਂ ਪਹਿਲਾਂ ਮੈਡੀਕਲ ਹੋਇਆ ਸੀਗਾ। ਦੋਸਤੋ ਉੱਥੇ ਕੀ ਹੁੰਦਾ ਕਿ ਜਿਸ ਦਿਨ 3 ਤਰੀਕ ਨੂੰ ਸ਼ਬਨਮ ਦੀ ਡੈੱਡ ਬੋਡੀ ਉੱਥੇ ਆਈ ਹੈ, ਉਸ ਤੋਂ ਪਹਿਲਾਂ 3 ਜਾਂ 4 ਬੋਡੀਜ਼ ਹੋਰ ਪਈਆਂ ਸੀ ਪੋਸਟਮਾਰਟਮ ਵਾਸਤੇ, ਜਿਨ੍ਹਾਂ ਦੇ ਵਿੱਚੋਂ ਇੱਕ ਬੰਦਾ ਸੀਗਾ ਜਿਹੜਾ ਕਿ ਡਰਿੰਕ ਨਾਲ ਮਰਿਆ ਸੀ, ਤੇ 2 ਪਤਾ ਨਹੀਂ 3 ਔਰਤਾਂ ਸੀਗੀਆਂ ਜਿਹੜੀਆਂ ਕਿ ਇੱਕ ਕੋਈ ਜੰਗ ਲੇਡੀ ਸੀਗੀ, 2 50-60 ਸਾਲ ਦੀਆਂ ਏਜ ਦੀਆਂ ਔਰਤਾਂ ਸੀਗੀਆਂ। ਔਰ ਦੋਸਤੋ ਇਹ ਸਾਰਾ ਕੁਛ ਦੇਖ ਕੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹਾਰਟ ਨੇ ਜਿਹੜੇ ਇਹਨਾਂ ਨੇ ਕਿਤੇ ਧਰੇ ਉਹ ਹਾਰਟ ਕੋਈ ਜਿਹਦਾ ਸਹੀ ਸੀ ਉਹ ਚੱਕ ਲਿਆ, ਦੂਜਾ ਹਾਰਟ ਪਾਉਣ ਲੱਗੇ ਉਹ ਭੁੱਲ ਗਏ ਕਿ ਕਿਹਦਾ ਹਾਰਟ ਹੈ ਤੇ ਉਹਦੇ ਵਿੱਚ ਪਾਉਣਾ। ਦੋਸਤੋ ਹੁਣ ਸਾਰਾ ਕੁਛ ਹੈ ਜਿਹੜਾ ਕਲੀਅਰ ਹੋ ਗਿਆ ਸੀਗਾ, ਲੇਕਿਨ CBI ਦੇ ਹੱਥ ਅਜੇ ਵੀ ਕੁਛ ਨਹੀਂ ਆਇਆ ਸੀ। CBI ਨੇ ਸਾਰੇ ਕਲਾਸ ਦੇ ਉਹਦੇ ਦੋਸਤ, ਸਾਰੇ ਮਹੱਲੇ ਦੇ ਦੋਸਤ, ਸਾਰੇ ਕੰਮ ਕਰਨ ਵਾਲੇ ਦੋਸਤ ਇਕੱਠੇ ਥਾਣੇ ਬੁਲਾ ਲਏ, ਸਭ ਤੋਂ ਇਨਕੁਆਇਰੀ ਕੀਤੀ ਗਈ, ਪੁੱਛਗਿੱਛ ਕੀਤੀ ਗਈ, ਕੈੜੇਪਨ ਵਾਲੇ ਵੀ ਪੁੱਛਗਿੱਛ ਕੀਤੀ ਗਈ, ਲੇਕਿਨ ਦੋਸਤੋ ਕਿਸੇ ਕੋਲੋਂ ਵੀ ਕੋਈ 1 ਰੁਪਈਏ ਦਾ ਪ੍ਰੂਫ ਨਾ ਨਿਕਲਿਆ। ਲੇਕਿਨ CBI ਮੁਤਾਬਕ ਹੈ ਉਹ ਮਰਡਰ ਸੀਗਾ, ਸੁਸਾਈਡ ਨਹੀਂ ਹੈਗੀ ਜਾਂ ਕੋਈ ਇਹ ਨਹੀਂ ਹੈਗਾ ਕੋਈ ਉਹਨੂੰ ਹਾਰਟ ਅਟੈਕ ਆਇਆ, ਉਹਦਾ ਹੋਇਆ ਮਰਡਰ ਸੀਗਾ। ਦੋਸਤੋ ਇਹ ਟਾਈਮ ਲੰਘਦਾ ਜਾਂਦਾ, CBI ਆਪਣੀ ਮਿਹਨਤ ਜਾਰੀ ਰੱਖਦੀ ਹੈ, ਨਾਲ ਹੀ ਜਿਹੜਾ ਕਹਿ ਦਈਏ ਉਹਦੇ ਮਾਂ ਬਾਪ ਹਾਰ ਨਹੀਂ ਮੰਨਦੇ, ਉਹ ਵੀ ਆਪਣੀ ਜਿਹੜੀ ਮਿਹਨਤ ਆ ਜਾਰੀ ਰੱਖਦੇ ਨੇ, ਸਾਰਾ ਕੁਛ ਜ਼ੋਰ ਲਾ ਕੇ ਚੱਲਿਆ ਹੋਇਆ। ਲੇਕਿਨ ਦੋਸਤੋ 2016 ਤੋਂ ਬਾਅਦ 2023 ਆ ਜਾਂਦਾ, ਸਤੰਬਰ ਦਾ ਮਹੀਨਾ ਇਹ, ਅੱਜ 15-16 ਤਰੀਕ ਹੋ ਗਈ, ਲੇਕਿਨ ਅੱਜ ਤੱਕ 11 ਸਾਲ ਹੋ ਗਏ ਦੋਸਤੋ ਉਸ ਬੱਚੀ ਦੇ ਗੁਨਾ ਦਾ, ਜਿਹੜਾ ਗੁਨਾਹਗਾਰ ਸੀਗੇ ਉਹਦੇ, ਉਹਨਾਂ ਦਾ ਅਜੇ ਤੱਕ ਪਰਦਾ ਨਹੀਂ ਕਿਸੇ ਤੋਂ ਵੀ ਚੱਕਿਆ ਗਿਆ। CBI ਆਪਣਾ ਜ਼ੋਰ ਲਾ ਰਹੀ ਹੈ, 11 ਸਾਲ ਕੇਸ ਚੱਲਦੇ ਨੂੰ ਹੋ ਗਏ, CBI ਇਨਕੁਆਇਰੀਆਂ ਲੱਭਦੀ ਹੈ ਕਰਦੀ ਹੈ, ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰਦੀ ਹੈ, ਲੇਕਿਨ ਦੋਸਤੋ ਕਿਸੇ ਪਾਸੇ ਵੀ ਕੁਛ ਸਮਝ ਨਹੀਂ ਆਉਂਦਾ ਹੈਗਾ, ਕਿਉਂਕਿ ਪਤਾ ਨਹੀਂ ਲੱਗ ਰਿਹਾ ਕਿ ਉਸਨੂੰ ਮਾਰਨ ਵਾਲਾ ਬੰਦਾ ਬਾਹਰ ਦਾ ਸੀ ਕੋਈ ਜਾਂ ਕੋਈ ਅੰਦਰੋਂ ਸੀਗਾ। ਇਕੱਲੇ ਇਕੱਲੇ ਸਟੂਡੈਂਟ ਨੂੰ ਬਿਠਾ ਕੇ ਪੁੱਛਿਆ ਜਾਂਦਾ, ਤਾਂ ਦੋਸਤੋ ਸਾਰਿਆਂ ਦੇ ਬਿਆਨ ਨੇ ਜਿਹੜੇ ਸੇਮ ਹੁੰਦੇ ਨੇ, ਕਿਸੇ ਦਾ ਬਿਆਨ ਨਹੀਂ ਰੁੜਦਾ ਹੈਗਾ। ਤਾਂ ਦੋਸਤੋ ਇੰਨੇ ਦੇ ਇਹ ਸਾਰਾ ਕੁਛ ਦੇਖ ਕੇ ਮਾਂ ਬਾਪ ਨੇ ਜਿਹੜੇ, ਉਹਨਾਂ ਨੂੰ ਹੁੰਦਾ ਕਿ ਚਲੋ ਅੱਜ ਨਹੀਂ ਤੇ ਕੱਲ ਜਿਹੜਾ ਫੈਸਲਾ ਹੋਊਗਾ ਜੋ ਕੋਰਟ ਕਰੂਗਾ ਚੰਗਾ ਹੀ ਕਰੂਗਾ, ਜਿਹਦੇ ਨਾਲ ਸਾਡੀ ਬੱਚੀ ਨੂੰ ਕੁਛ ਇਹ ਹੋ ਕੇ ਇਨਸਾਫ ਮਿਲ ਗਿਆ। ਲੇਕਿਨ ਦੋਸਤੋ ਫਿਲਹਾਲ ਦੀ ਘੜੀ ਅੱਜ ਜੇ ਆਪਾਂ ਗੱਲ ਕਰੀਏ, ਸਾਰਾ ਕੁਛ ਕਰਨ ਤੋਂ ਬਾਅਦ ਅੱਜ ਉਹਦਾ ਮਤਲਬ ਕਿ ਸਾਰਾ ਜਿਹੜਾ ਕਹੀਏ ਲੰਘ ਗਿਆ ਟਾਈਮ, 11 ਸਾਲ ਦੇ ਕਰੀਬ ਹੋ ਗਏ, ਲੇਕਿਨ ਪਤਾ ਨਹੀਂ ਕਿਉਂ ਤੇ ਕਿਸ ਨੇ ਇਹਨੂੰ ਮਾਰਿਆ ਸੀਗਾ, ਕਿਸ ਲਈ ਮਾਰਿਆ ਸੀ, ਕੀ ਪਰਪਸ ਸੀਗਾ ਦੋਸਤੋ ਉਹਦਾ, ਜਿਹਨੂੰ ਡਾਕਟਰਾਂ ਨੇ ਗੱਲ ਕਰੀ, ਡਾਕਟਰਾਂ ਨੇ ਦੱਸਤਾ ਸਾਰਾ ਕਿ ਹੋ ਸਕਦਾ
ਮਤਲਬ ਸਬਨਮ ਦਾ ਰੇਪ ਹੋਇਆ ਹੋਵੇ, ਬੇਸ਼ੱਕ ਉਹ ਰੇਪ ਨਹੀਂ ਹੈਗਾ, ਉਹਦੀ ਮਰਜ਼ੀ ਨਾਲ ਹੋਇਆ ਹੋਵੇ, ਲੇਕਿਨ ਉਸ ਦਿਨ ਉਹਦੇ ਨਾਲ ਜਿਹੜੀ ਹੈ ਰਿਲੇਸ਼ਨ ਕਿਸੇ ਦਾ ਬਣਿਆ ਪਿਆ ਸੀ। ਦੋਸਤੋ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਨਾ CID ਦੇ ਕੋਲ ਨਾ ਪੁਲਿਸ ਦੇ ਕੋਲ ਉਹਨਾਂ ਤੋਂ ਜਿਹੜੇ ਇਨਵੈਸਟੀਗੇਸ਼ਨ ਦੇ ਦੌਰਾਨ ਸਬੂਤ ਇਕੱਠੇ ਕਰਨੇ ਸੀ ਉਹ ਇਕੱਠੇ ਨਹੀਂ ਕੀਤੇ ਗਏ। ਤੇ ਦੋਸਤੋ ਇਹਦੇ ਵਿੱਚ ਕੀ ਲੱਗ ਰਿਹਾ ਸੀ ਉਹਦੇ ਮਾਂ ਬਾਪ ਨੂੰ ਕਿ ਇਹਦੇ ਵਿੱਚ ਕੋਈ ਬਹੁਤ ਵੱਡਾ ਬੰਦਾ ਇਨਵੋਲਵ ਹੈ, ਜਿਹਨੇ ਕਿ ਮੇਰੀ ਬੇਟੀ ਦਾ ਕੇਸ ਆ ਜਿਹੜਾ ਉਹਨੂੰ ਖੁਰਦ ਬੁਰਦ ਕਰਵਾਤਾ, ਤੇ ਉਹਦੇ ਕਰਕੇ ਜਿਹੜੇ ਜ਼ਰੂਰੀ ਸਬੂਤ ਸੀਗੇ ਉਹ ਇਕੱਠੇ ਹੀ ਨਹੀਂ ਕਰਨੇ ਪੁਲਿਸ ਨੇ ਜ਼ਰੂਰੀ ਸਮਝੇ, ਔਰ ਉਹ ਉਸੇ ਤਰ੍ਹਾਂ ਉਹਨੂੰ ਦਫ਼ਨ ਕਰ ਦਿੱਤਾ ਗਿਆ, ਜਿਹਦੇ ਨਾਲ ਕਿ 80% ਜਿਹੜੇ ਪਰੂਫ ਸੀਗੇ ਬਿਲਕੁਲ ਡੈਮੇਜ ਹੋ ਗਏ ਸੀਗੇ। 20% ਜਿਹੜੇ ਪਰੂਫ ਨੇ ਉਹ CBI ਦੇ ਹੱਥ ਲੱਗੇ ਸੀਗੇ, ਜਿਨ੍ਹਾਂ ਦੇ ਤੌਰ ਤੇ CBI ਆਪਣਾ ਕੇਸ ਅੱਗੇ ਲੜ ਰਹੀ ਹੈ। ਤੇ ਦੋਸਤੋ ਪਰਮਾਤਮਾ ਕਰੇ CBI ਕਾਮਯਾਬ ਹੋ ਜਾਵੇ ਉਹਦੇ ਮਾਂ ਬਾਪ ਨੂੰ ਭਾਣਾ ਮੰਨਣ ਦੀ, ਬੱਚੀ ਦੇ ਮਤਲਬ ਕਿ ਭਾਣਾ ਮੰਨਣ ਦੀ ਸ਼ਕਤੀ ਬਖਸ਼ੇ ਸੱਚੇ ਪਾਤਸ਼ਾਹ, ਤੇ ਉਸ ਕੁੜੀ ਨੂੰ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਬਖਸ਼ੇ, ਉਹਦੀ ਉਸਦੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਬਖਸ਼ੇ। ਲੇਕਿਨ ਦੋਸਤੋ ਵਾਪਸ ਤਾਂ ਉਹਨੇ ਆਉਣਾ ਨਹੀਂ ਹੈਗਾ, ਪਰ ਉਸਨੂੰ ਇਨਸਾਫ਼ ਮਿਲਿਆ ਹੀ ਉਹਦਾ ਵਾਪਸ ਆਉਣਾ ਹੋਵੇਗਾ। ਅਤੇ ਦੋਸਤੋ ਬਹੁਤ ਲੋਕ ਜ਼ੋਰ ਲਾ ਰਹੇ ਨੇ, CBI ਨੇ ਬਹੁਤ ਜ਼ੋਰ ਲਾਇਆ ਹੋਇਆ ਹੈ ਕਿ ਕੋਈ ਵੀ ਬੰਦਾ ਹੋਵੇ, ਚਾਹੇ ਉਹ ਵੱਡਾ ਚਾਹੇ ਛੋਟਾ, ਜਿਹੜਾ ਵੀ ਇਹਦੇ ਵਿੱਚ ਇਨਵੋਲਵ ਹੋਊਗਾ ਮਰਡਰ ਦੇ ਵਿੱਚ, ਉਹਨੂੰ ਅਸੀਂ ਚੱਕ ਕੇ ਅੰਦਰ ਠੋਕਾਂਗੇ। ਲੇਕਿਨ ਫਿਲਹਾਲ ਦੀ ਘੜੀ ਦੋਸਤੋ CBI ਦੇ ਹੱਥ ਅਜੇ ਤੱਕ ਕੁਛ ਨਹੀਂ ਲੱਗਿਆ। ਆਪਣੇ ਵੱਲੋਂ CBI ਮਿਹਨਤ ਕਰ ਰਹੀ ਹੈ, ਮਾਂ ਬਾਪ ਪੂਰਾ ਰਿਸਪੋਂਸ ਕਰ ਰਹੇ ਨੇ, ਕੋਰਟ 'ਚ ਕੇਸ ਵੀ ਚੱਲ ਰਿਹਾ, ਲੇਕਿਨ ਹਜੇ ਤੱਕ ਕੁਛ ਪੱਲੇ ਨਹੀਂ ਪਿਆ। 11 ਸਾਲ ਹੋ ਗਏ ਨੇ ਉਸ ਬੱਚੀ ਨੂੰ ਵਿਛੜੀ, ਔਰ ਇਹ ਕੇਸ ਹੈ ਜਿਹੜਾ ਦੋਸਤੋ ਇੱਕ ਮਿਸਟਰੀ ਬਣ ਕੇ ਰਹਿ ਗਿਆ ਇੰਡੀਆ ਦੇ ਵਿੱਚ, ਕਿ ਇੱਕ ਇਹੋ ਜਿਹਾ ਕੇਸ ਵੀ ਹੈਗਾ ਜਿਹਨੂੰ 3 ਏਜੰਸੀਆਂ ਨੇ, ਪੁਲਿਸ, ਉਸ ਤੋਂ ਬਾਅਦ CID, ਉਸ ਤੋਂ ਬਾਅਦ CBI, ਜੇ ਕਿਸੇ ਤੋਂ ਵੀ ਅਜੇ ਤੱਕ ਨਹੀਂ ਸੁਲਝਿਆ ਹੈਗਾ। ਪਰਮਾਤਮਾ ਕਰੇ ਕੇਸ ਜਲਦੀ ਸੁਲਝ ਜਾਵੇ। ਤੇ ਦੋਸਤੋ ਇਹ ਕੇਸ ਸੀਗਾ ਸਬਨਮ ਦਾ, ਔਰ ਕੁਛ ਕਾਰਨਾਂ ਕਰਕੇ ਦੋਸਤੋ ਅਸੀਂ ਓਰਿਜਨਲ ਨਾਮ ਨਹੀਂ ਮੈਂ ਲੈਤੇ ਹੈਗੇ, ਨਾਮ ਚੇਂਜ ਕੀਤੇ ਨੇ, ਤਾਂ ਕਿ ਸਿੱਧਾ ਅਗਲੇ ਦਾ ਨਾਮ ਲੈ ਕੇ ਆਪਾਂ ਕਿਸੇ ਨੂੰ ਵੀ ਦੁਬਾਰਾ ਉਹਦੇ ਜ਼ਖਮ ਨੇ ਜਿਹੜੇ ਨਾ ਫਰੋਲੀਏ। ਸੋ ਦੋਸਤੋ ਇਹ ਗੱਲ ਕਰਨ ਦੌਰਾਨ ਕੋਈ ਚੀਜ਼ ਮਿਸ ਹੋ ਗਈ ਹੋਵੇ ਜਾਂ ਕੋਈ ਗਲਤੀ ਹੋ ਗਈ ਹੋਵੇ ਤੇ ਮਾਫ਼ ਕਰਨਾ। ਮਿਲਦੇ ਹਾਂ ਆਪਾਂ ਕੱਲ੍ਹ ਫਿਰ ਇੱਕ ਨਵੀਂ ਵੀਡੀਓ ਤੇ ਇੱਕ ਨਵੀਂ ਸਟੋਰੀ ਲੈ ਕੇ। ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ, ਔਰ ਮੈਨੂੰ ਦਿਓ ਇਜਾਜ਼ਤ। ਸਾਰੇ ਦੋਸਤ ਮਿੱਤਰ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ ਜੀ, ਰੱਬ ਰਾਖਾ।